जियो तपत है बारो बार, तप तप खपे बहुत बेकार, जियो तपत है बारो बार, तप तप खपे बहुत बेकार, जैतन बाने बिसर जाए, जो पक्का रोगी बिललाए, बहुत बोलन चखन होए, बिन बोले जाने सब सोए, रहो जिन कन कीते अखी नाक, जिन जेवा दीते बोले तात, जिन मन रखिया अग्नि पाए, वजह पवन आखे सब जाए, जेता मोह परीत सुआद, सभा कालक दागा दाग, दाग दोष मोहे चलियालाए, दरगह बैसन नाही जाए, कर्म मिले अखन तेरा नाओ, जित लग तरना होर नहीं था, जे को डूबे फिर हो वैसार, नानक सचा सर्वदतार, जे को डूबे फिर हो वैसार, नानक सचा सर्वदतार। वाहिगुरु जी का खालसा, वाहिगुरु जी की फतेह। छाड़ के गहो तुहारो द्वार, बाहे गहे की लाज अस, गोविंद दास तुहार, बाहे गहे की लाज अस, गोविंद दास तुहार, सत नाम श्री वाहे गुरु साहिब जी। एक
ਵਾਹਿਗੁਰੂ ਜੀ ਕੀ ਫਤਿਹ। ਭੁਜੰਗ ਪ੍ਰਿਆਤ ਛੰਦ ਹਲੇ ਪੱਛਮੀ ਰਾਇਸ ਦਿਨੀ ਅਮੀ ਸੋਲ ਕੋਤ ਕੀਨੀ ਹਮੇ ਪੱਛਮੀ ਦੇਹ ਦਾਨ ਦੀਨੈ ਦਿਸ਼ਾ ਦਛਨ ਕੋ ਨਾਥ ਜੋ ਕੀਨੈ ਹਨੇ ਵੀਰ ਬੀਜਾ ਪੂਰ ਲੋਭੀ ਕੁੰਡੀ ਗਿਰੇ ਤਛ ਮੱਛ ਨਹੀਂ ਰੰਡ ਰੁਨ ਮੁੰਡੀ ਸਵੇ ਸੇਤ ਬੇਧੀ ਸਿੱਧ ਬੰਦ ਵਾਸੀ ਮਡੇ ਮੱਛ ਬੰਦਰੇ ਤੀਕ ਕਾਸ ਰਾਸੀ ਦੂਰੀ ਬੀਚ ਦੱਤ ਦੇਵੰਗ ਤੇਜ ਤੇਤ ਲੰਗੀ ਰਤੇ ਸੂਰਤੀ ਜਰ ਵੀਰ ਭਿਜੰਗੀ ਚਪੇ ਚਾਰ ਚਾਦਰ ਚਲੇ ਬਾਸੀ ਬਡੇ ਵੀਰ ਬਾਈ ਦਰ ਬਿੰਦ ਦੇ ਰਾਸੀ ਜਿਤੇ ਜਥ ਨਿਛ ਕਿਨੇ ਕਿਨ ਧਾਰੰਗ ਦਿਸ਼ਾ ਪਚੀ ਕੋ ਪਤ ਨਮਸਕਾਰੰ ਦਿਸ਼ਾ ਪਰਚੀ ਪਕੇ ਪੱਕ ਨੀਤ ਸਾਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਹੀ ਪ੍ਰਕਾਸ਼ ਸਮਾਰਾ ਭਇਓ ਪਟਨਾ ਸਹਿਰ ਵਿਖੇ ਭਵ ਲਇਓ ਹੇਮਕੁੰਡ ਦੇ ਤਪਸਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਾਵਨ ਸਥਾਨ 'ਤੇ ਅਵਤਾਰ ਧਾਰਿਆ। ਅਵਤਾਰ ਧਾਰਨ ਤੋਂ ਬਾਅਦ ਸਤਿਗੁਰੂ ਜੀ ਮਹਾਰਾਜ ਇਸ ਸਥਾਨ 'ਤੇ 7 ਸਾਲ ਰਹੇ। 7 ਸਾਲ ਤੋਂ ਬਾਅਦ ਸਤਿਗੁਰੂ ਜੀ ਮਹਾਰਾਜ ਜੀ ਜਦੋਂ ਪੰਜਾਬ ਨੂੰ ਜਾਣ ਲੱਗੇ, ਨਗਰ ਨਿਵਾਸੀ ਸੰਗਤਾਂ ਨੂੰ ਪਤਾ ਲੱਗਿਆ, ਬੇਨਤੀ ਕੀਤੀ, ਸਤਿਗੁਰੂ ਜੀ ਮਹਾਰਾਜ ਜੀ ਆਪ ਜੀ ਪੰਜਾਬ ਨੂੰ ਜਾ ਰਹੇ ਹੋ, ਸਾਡਾ ਨਿਯਮ ਬਣ ਚੁੱਕਿਆ ਹੈ, ਆਪ ਜੀ ਦਾ ਦਰਸ਼ਨ ਕਰਕੇ ਹੀ ਅਸੀਂ ਅੰਨ ਜਲ ਛਕਦੇ ਹਾਂ, ਕਿਰਪਾ ਕਰੋ ਸਾਨੂੰ ਇੱਥੇ ਹੀ ਸਦਾ ਲਈ ਦਰਸ਼ਨ ਦੀਦਾਰ ਬਖਸ਼ੋ। ਸਤਿਗੁਰੂ ਜੀ ਮਹਾਰਾਜ ਜੀ ਸੰਗਤਾਂ ਨੂੰ ਧੀਰਜ ਦਿੰਦਿਆਂ ਹੋਇਆਂ ਫੁਰਮਾਇਆ ਕਿ ਅਸੀਂ ਬਾਲ ਅਵਸਥਾ ਪੰਗੂਰਾ ਸਾਹਿਬ 'ਤੇ ਬਿਰਾਜਮਾਨ ਹੋ ਰਿਹਾ ਹਾਂ ਅਤੇ ਆਪਣੇ ਸਾਰੇ ਗਾਤਰੇ ਦਾ ਸ਼ਸਤਰ ਛੱਡ ਕੇ ਜਾ ਰਿਹਾ ਹਾਂ। ਜੋ ਸ਼ਰਧਾ ਭਾਵਨਾ ਦੇ ਨਾਲ ਸਾਡੇ ਸ਼ਸਤਰਾਂ ਦੇ ਦਰਸ਼ਨ ਕਰੇਗਾ ਉਹਨਾਂ ਨੂੰ ਸਾਡੇ ਦਰਸ਼ਨਾਂ ਦੇ ਪ੍ਰਤੱਖ ਫਲ ਪ੍ਰਾਪਤ ਹੋਵੇਗਾ। ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਫਿਰ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਹ ਹਨ ਬਾਲ ਅਵਸਥਾ ਦੇ ਸ਼ਸਤਰ, ਆਓ ਆਪਾਂ ਦਰਸ਼ਨ ਕਰੀਏ। ਬੋਲੇ ਸੋਨੇਹਾ ਹੈ ਸੈਫ। ਸਤਿਗੁਰ ਜੀ ਗਾਤਰੇ ਧਾਰਨ ਕਰਿਆ ਕਰਦੇ ਸਨ, ਇਹ ਹੈ ਦੋ ਚੱਕਰ ਦੁਮਾਲੇ ਉੱਤੇ ਦਸਤਾਰ ਉੱਤੇ ਸਜਾਇਆ ਕਰਦੇ ਸਨ।
ਇਹੈ ਚੱਕਰੀ ਦੁਮਾਲੇ ਦੇ ਹੇਠਾਂ ਕੇਸਾਂ ਦੇ ਜੂਰੇ ਵਿੱਚ ਸਜਾਇਆ ਕਰਦੇ ਸਨ। ਇਹੈ ਖੰਡਾ ਦੁਮਾਲੇ ਉੱਤੇ ਦਸਤਾਰ ਉੱਤੇ ਸਾਹਮਣੇ ਸਜਾਇਆ ਕਰਦੇ ਸਨ। ਇਹੈ ਚੰਦਨ ਦਾ ਕੰਘਾ ਇਹਦੇ ਨਾਲ ਸਤਿਗੁਰ ਜੀ ਕੇ ਸਾਫ ਕਰਿਆ ਕਰਦੇ ਸਨ। ਇਹੈ ਖੰਜਰ ਇਹਦਾ ਦੂਜਾ ਨਾਮ ਬਾਗ ਨਖੀ ਹੈ, ਸਤਿਗੁਰ ਜੀ ਕਮਰ ਕਸੇ ਵਿੱਚ ਸਜਾਇਆ ਕਰਦੇ ਸਨ। ਇਹੈ ਕਟਾਰ ਸਤਿਗੁਰ ਜੀ ਦਾ ਕਮਰ ਕਸੇ ਦਾ ਸ਼ਸਤਰ ਹੈ। ਇਹੈ ਮਿੱਟੀ ਦਾ ਗੁਲੇਲਾ ਇਹਦੇ ਨਾਲ ਸਤਿਗੁਰ ਜੀ ਬਾਲ ਅਵਸਥਾ ਵਿੱਚ ਚੋਜ ਕਰਿਆ ਕਰਦੇ ਸਨ। ਸਾਹਮਣੇ ਮਾਤਾ ਜੀ ਦਾ ਖੂਹ ਹੈ, ਨਗਰ ਨਿਵਾਸੀ ਬੀਬੀਆਂ ਉਸ ਖੂਹ ਤੋਂ ਜਲ ਭਰ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੀਆਂ। ਸਤਿਗੁਰੂ ਜੀ ਮਹਾਰਾਜ ਜੀ ਗੁਲੇਲੇ ਮਾਰ ਕੇ ਉਹਨਾਂ ਦੇ ਘਰੇ ਤੋੜ ਦਿੰਦੇ ਹਨ। ਬੀਬੀਆਂ ਨੇ ਮਾਤਾ ਜੀ ਕੋਲ ਜਾ ਕੇ ਬੇਨਤੀ ਕੀਤੀ, ਮਾਤਾ ਜੀ ਅਸੀਂ ਗਰੀਬ ਪਰਿਵਾਰ ਹਾਂ, ਲਾਲ ਜੀ ਸਾਡੇ ਗੁਲੇਲੇ ਮਾਰ ਕੇ ਘੜਾ ਤੋੜ ਦਿੰਦੇ ਹਨ। ਮਾਤਾ ਜੀ ਕਹਿਣ ਲੱਗੇ, ਤੁਸੀਂ ਲੋਹੇ ਤਾਂਬੇ ਪਿੱਤਲ ਦੇ ਘੜਾ ਲਿਆਓ, ਮਿੱਟੀ ਦੇ ਗੁਲੇਲਿਆਂ ਦੇ ਨਾਲ ਨਹੀਂ ਟੁੱਟਣਗੇ। ਬੀਬੀਆਂ ਲੋਹੇ ਤਾਂਬੇ ਪਿੱਤਲ ਦੇ ਘੜਾ ਲਿਆਉਣ ਲੱਗੀਆਂ। ਸਤਿਗੁਰ ਜੀ ਮਹਾਰਾਜ ਜੀ ਲੋਹੇ ਦੇ ਚਾਰ ਤੀਰ ਤਿਆਰ ਕਰ। ਕੁਛ ਸਮੇਂ ਬੀਤਣ ਦੇ ਬਾਅਦ ਇੱਕ ਬੀਬੀ ਜਲ ਭਰ ਕੇ ਜਾ ਰਹੀ ਸੀ, ਸਤਿਗੁਰ ਜੀ ਨੇ ਮਾਰਿਆ ਤੀਰ, ਘੜਾ ਟੁੱਟ ਗਿਆ। ਬੀਬੀ ਬਹਿ ਕੇ ਰੋਣ ਲੱਗੀ। ਹਵੇਲੀ ਵਿੱਚ ਮਾਤਾ ਜੀ ਬਾਹਰ ਨਿਕਲੇ, ਵੇਖਿਆ ਲਾਲ ਜੀ ਉਹ ਰੋਂਦੀ ਹੈ, ਤੁਸੀਂ ਹੱਸ ਰਹੇ ਹੋ। ਹਾਂ ਮਾਤਾ ਜੀ, ਅਸੀਂ ਕੋਈ ਹਾਸੀ ਮਖੌਲ ਨਹੀਂ ਕੀਤਾ ਹੈ, ਅਸੀਂ ਤਾਂ ਭਲਾ ਹੀ ਕੀਤਾ ਹੈ। ਇਹਦੇ ਘੜੇ ਵਿੱਚ ਜ਼ਹਿਰੀਲਾ ਸੱਪ ਸੀ, ਅਸੀਂ ਸੱਪ ਨੂੰ ਮਾਰਿਆ ਹੈ। ਮਾਤਾ ਜੀ ਸੰਗਤਾਂ ਦੇ ਨਾਲ ਕੋਲ ਜਾ ਕੇ ਵੇਖਿਆ, ਵਾਕੇ ਹੀ ਤੀਰ ਦੇ ਨੁਖੀ ਨਾਲ ਸੱਪ ਰਿਨਿਆ ਹੋਇਆ ਮਰਿਆ ਹੋਇਆ ਹੈ। ਸਾਰੇ ਸੰਗਤਾਂ ਦੀਆਂ ਸਿਰ ਸ਼ਰਧਾ ਦੇ ਨਾਲ ਚੁੱਕ ਗਏ। ਮਾਤਾ ਜੀ ਨੇ ਬਚਨ ਕੀਤਾ, ਹੋਵੇ ਨਾ ਖੂਹ ਦਾ ਜਲ ਹੀ ਖਾਲਾ ਹੋ ਜਾਏ। ਮਾਤਾ ਜੀ ਦੇ ਮੁਖੋਂ ਬਚਨ ਨਿਕਲਣ ਦੀ ਦੇਰ ਸੀ, ਖੂਹ ਦਾ ਜਲ ਖਾ ਹੋ ਗਿਆ। ਨਗਰ ਨਿਵਾਸੀ ਸੰਗਤਾਂ ਨੇ ਬੇਨਤੀ ਕੀਤੀ, ਮਾਤਾ ਜੀ ਇਸੀ ਜਲ ਦੇ ਨਾਲ ਸਾਡੇ ਕਾਮ ਕਾਰਜ ਸਰਦੇ ਸਨ, ਕਿਰਪਾ ਕਰੋ, ਬਚਨ ਕਰ ਦਿਓ, ਖੂਹ ਦਾ ਜਲ ਮਿੱਠਾ ਹੋ ਜਾਏ। ਮਾਤਾ ਜੀ ਨੇ ਕਿਹਾ ਕਿ ਜੋ ਬਚਨ ਹੋਣਾ ਸੀ ਹੋ ਗਿਆ। ਹਾਂ, ਤੁਸੀਂ ਬੇਨਤੀ ਕੀਤੀ ਹੈ, ਅਸੀਂ ਬਚਨ ਕਰਦੇ ਹਾਂ ਕਿ ਦੂਰੋਂ ਨੇਰੋ ਸੰਗਤਾਂ ਇਸ ਪਾਵਨ ਅਸਥਾਨ 'ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਗੀਆਂ, ਫਿਰ ਖੂਹ ਦਾ ਜਲ ਮਿੱਠਾ ਹੋ ਜਾਏਗਾ। ਮਾਤਾ ਜੀ ਦੇ ਬਚਨ 47 ਤੋਂ ਬਾਅਦ ਪੂਰੇ ਹੋਏ, ਹੁਣ ਖੂਹ ਦਾ ਜਲ ਮਿੱਠਾ ਹੈ। ਸੰਗਤਾਂ ਅੰਮ੍ਰਿਤ ਰੂਪ ਜਾਣ ਕੇ ਚੂਲੇ ਲੈਂਦੇ ਹਨ। ਇਹ ਹੈ ਆਲੇ ਦੁਆਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਖਰਾਓ।
ਵਿਚਕਾਰ ਛੋਟੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖੜਾਉਣ ਆਓ ਆਪਾਂ ਦਰਸ਼ਨ ਕਰੀ। ਬੋਲੇ ਸੋਨੇਹਾ ਇਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਖਰਾਉ ਚੰਦਨ ਦੇ ਬਣੇ ਹੋਏ ਹਨ। ਬੋਲੇ ਸੋਨੇਹਾ ਇਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਖਰਾਉ ਹਾਥੀ ਦੰਦੀਆਂ ਬਣੀਆਂ ਹੋਈਆਂ ਹਨ। ਇਹ ਹੈ ਭਗਤ ਕਬੀਰ ਜੀ ਦੀ ਖੱਡੀ। ਇਹਦੇ ਨਾਲ ਭਗਤ ਕਬੀਰ ਜੀ ਕਪੜਾ ਬੁਣਿਆ ਕਰਦੇ ਸਨ। ਕਾਂਸੀ ਵਿੱਚ ਇੱਕ ਮਾਤਾ ਜੀ ਕੋਲ ਸੀ, ਉਹਨਾਂ ਨੇ ਤਖ਼ਤ ਸਾਹਿਬ 'ਤੇ ਭੇਟ ਕਰ ਦਿੱਤੀ, ਕਬੀਰ ਜੀ ਦੀ ਯਾਦਗਾਰ ਬਣੀ ਰਹੇ। ਅੰਦਰੀ ਪਰਿਕਰਮਾ ਕਰੋਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 15 ਸਾਲ ਅਵਸਥਾ ਚੋਲਾ ਸਾਹਿਬ ਹੈ, ਸ਼ੀਸ਼ੇ ਵਿੱਚ ਜੜਿਆ ਹੋਇਆ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਲਾਵਾ ਹੋਰ ਵੀ ਗੁਰਦੁਆਰੇ ਹਨ। ਪਹਿਲਾ ਗੁਰਦੁਆਰਾ ਹੈ ਗਊ ਘਾਟ, ਦੂਜਾ ਗੁਰਦੁਆਰਾ ਹੈ ਕੰਗਨ ਘਾਟ, ਤੀਜਾ ਗੁਰਦੁਆਰਾ ਹੈ ਬਾਲ ਲੀਲਾ, ਚੌਥਾ ਗੁਰਦੁਆਰਾ ਹੈ ਗੁਰੂ ਕਾ ਬਾਗ, ਪੰਜਵਾਂ ਗੁਰਦੁਆਰਾ ਹੈ ਹਾਂਡੀ ਸਾਹਿਬ ਦਾਨਾਪੁਰ, ਛੇਵਾਂ ਗੁਰਦੁਆਰਾ ਹੈ ਸੋਨਾ ਟੋਲੀ ਅਤੇ ਸੱਤਵਾਂ ਗੁਰਦੁਆਰਾ ਹੈ ਸ਼ੀਤਲ ਕੁੰਡ ਰਾਜਗੀਰ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ ਹਨ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਸੀ ਤਰ੍ਹਾਂ ਹੋਰ ਵੀ ਹੁਕਮਨਾਮੇ ਹਨ। ਕਾਰ ਸੇਵਾ ਸੰਤ ਬਾਬਾ ਮਹਿੰਦਰ ਸਿੰਘ ਜੀ ਯੂਕੇ ਵਾਲੇ ਵੱਲੋਂ ਅਤੇ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਵੱਲੋਂ ਸੇਵਾ ਚੱਲ ਰਹੀ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਆਪਣੇ ਹੱਥ ਸਫਲ ਕਰਨ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਬਿਲਾਵਲ ਦੀ ਚੌਂਕੀ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਇੱਕ ਹੋਰ ਬੇਨਤੀ ਹੈ, ਅੱਜ 3:30-4 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤ ਛਕਣੇ ਹੋਣ ਉਹ ਦਫ਼ਤਰ ਵਿੱਚ ਆਪਣੇ ਨਾਂ ਲਿਖਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਵਾਹਿ ਗੁਰੂ,
दीन दर्द दुख भंजना कट कट नाथ अनाथ शरण तुम्हारी आयो नानक के प्रभु साथ। मेरे लालन की शोभा मेरे लालन मेरे लालन मेरे लालन जी मेरे लालन की शोभा सद नब तन मन रंगी शोभा मेरे लालन की शोभा आनंद गुणीन दा आनंद गुणीन दा आनंद गुणीन दा आनंद गुणीन दा गुरु करीबन वाज दर्शन करना दर्शन करना दर्शन करना दर्शन करना दर्शन करना दर्शन करना तन सुवेला जित दर्शन करना तन सुवेला जित दर्शन करना दर्शन करना दर्शन करना दर्शन करना दर्शन करना तन सुवेला जित दर्शन करना तन सुवेला जित दर्शन करना हाँ बलिहारी सतगुर चरणा हाँ बलहारी सतगुर चरणा हाँ बलहारी सतगुर चरणा दर्शन करना दर्शन करना दर्शन करना दर्शन करना तन सुवेला जित दर्शन करना तन सुवेला जित दर्शन करना प्रभ मेरे
जी के दाते प्रीतम प्रभु मेरे। जी के दाते प्रीतम प्रभु मेरे, मन जीवे प्रभु नाम चित्ते दे। मन जीवे प्रभु नाम चित्ते दे। जी के दाते प्रीतम प्रभु मेरे, जी के दाते प्रीतम प्रभु मेरे, मन जीवे प्रभु नाम चित्ते रे। मन जीवे प्रभु नाम चित्ते रे, मन जीवे प्रभु नाम चित्ते रे। दर्शन करना दर्शन करना दर्शन करना दर्शन करना, तन सुवेला चित दर्शन करना, तन सुवेला चित दर्शन करना। हाँ बलिहारी सतगुर चरना, हाँ बलिहारी सतगुर चरना, हाँ बलिहारी सतगुर चरना, हाँ बलिहारी सतगुर चरना। दर्शन करना दर्शन करना दर्शन करना दर्शन करना, तन सुवेला चित दर्शन करना, तन सुवेला चित दर्शन करना। सच मंत्र तुम्हारा अमृत बाणी, सच मंत्र तुम्हारा अमृत बाणी। अमृत बाणी सच मंत्र तुम्हारा अमृत बाणी, शीतल पुरख दृष्टि सुजानी। अमृत बाणी अमृत बाणी, सच मंत्र तुम्हारा अमृत बाणी,
सच मंत्र तुम्हारा अमृत पानी शीतल पुरख दृष्टि सुजानी शीतल पुरख दृष्टि सुजानी शीतल पुरख दृष्टि सुजानी शीतल पुरख दृष्टि सुजानी दर्शन करना दर्शन करना दर्शन करना दर्शन करना तन सुबेला चित दर्शन करना तन सुबेला चित दर्शन करना हाँ बलिहारी सतगुर चरना हाँ बलिहारी सतगुर चरना हाँ बलिहारी सतगुर चरना हाँ बलिहारी सतगुर चरना दर्शन करना दर्शन करना दर्शन करना दर्शन करना तन सुबेला चित दर्शन करना तन सुबेला चित दर्शन करना तकत निवासी सच हुक्म तुम्हारा तकत निवासी सच हुक्म तुम्हारा तकत निवासी आए न जावे मेरा प्रभ अविनाशी आए न जावे मेरा प्रभ अविनाशी सच हुक्म तुम्हारा तकत निवासी सच हुक्म तुम्हारा तकत निवासी आए न जावे मेरा प्रभ अविनाशी 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 दर्शन करना दर्शन करना दर्शन करना दर्शन करना तन सुबेला चित दर्शन करना तन सुबेला चित दर्शन करना हाँ बलिहारी सतगुर चरना हाँ बलिहारी सतगुर चरना
ਤਾਂ ਬਲਿਹਾਰੀ ਸਤਿਗੁਰ ਚਰਨਾ ਦਰਸ਼ਨ ਕਰਨਾ ਦਰਸ਼ਨ ਕਰਨਾ ਦਰਸ਼ਨ ਕਰਨਾ ਦਰਸ਼ਨ ਕਰਨਾ ਧਨ ਸੁਮੇਲਾ ਚਿਤ ਦਰਸ਼ਨ ਕਰਨਾ ਧਨ ਸੁਮੇਲਾ ਚਿਤ ਦਰਸ਼ਨ ਕਰਨਾ